स्वागत है किसान वीरों तुहाडा सिदक डेयरी फार्मिंग दे विच। किसान वीरों अज जिहड़ी वीडियो बना रहे हैं ये पिंड राइयां वाला कलां फरीदकोट जिले का पिंड तो फरीदकोट के बिल्कुल नेड़ी है। जिहड़े फार्म चों अज वीडियो बना रहे हैं दोस्तों वर्क कैटल फार्म बाई जी होरां ने फार्म का नाम रख्या। वीडियो पहलां भी इत्थों बनाईआं क्योंकि इत्थे ਜਿਹੜੇ ਇਹ ਖੇਤਾਂ ਆਪਦੇ ਖੇਤਾਂ ਦੇ ਵਿੱਚ ਜਿਵੇਂ ਢਾਣੀ ਦੇ ਰੂਪ 'ਚ ਬੈਠੇ ਵੇ ਘਰ ਅਤੇ ਸਾਰਿਆਂ ਨੂੰ ਸ਼ੌਂਕ ਹੈ ਨੀਲੀ ਰਾਵੀ ਨਸਲ ਦਾ। ਜਿਹੜੇ ਵੀਰ ਕੋਲੋਂ ਆਪਾਂ ਅੱਜ ਵੀਡੀਓ ਬਣਾ ਰਹੇ ਹਾਂ ਦੱਸੋ ਇਸ ਬਾਈ ਨੂੰ ਸ਼ੌਂਕ ਨੀਲੀ ਰਾਵੀ ਨਸਲ ਦਾ ਅਤੇ ਉਹਦੇ ਕਰਕੇ ਪਹਿਲਾਂ ਵੀਰ ਨੇ ਇੱਕ ਝੋਟਾ ਲਿਆਂਦਾ ਸੀ ਜਿਹਦਾ ਨਾਮ ਰੱਖਿਆ ਸੀ ਅਲੀ। ਆਪਣੇ ਚੈਨਲ ਉੱਤੇ ਇਹਦੀ ਪਹਿਲਾਂ ਤੁਸੀਂ ਵੀਡੀਓ ਵੇਖ ਚੁੱਕੇ ਹੋ। ਬਾਡੀ ਬੰਤਰ ਵਾਲੇ ਪੱਖ ਤੋਂ ਅੱਜ ਵੀ ਤੁਸੀਂ ਦੇਖੋਗੇ ਤੁਹਾਡਾ ਦਿਲ ਜਿੱਤੂਗਾ ਇਹ ਇੱਦਾਂ ਦੀ। ਇਹਦੇ ਜੇ ਆਪਾਂ ਸਰੀਰਕ ਬੰਤਰ ਦੀ ਗੱਲ ਕਰਦੇ ਹਾਂ ਤਾਂ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਅਲੀ ਬੁੱਲ। ਇਹ ਤੋਂ ਬਿਨਾਂ ਇੱਕ ਬੁੱਲ ਹੋਰ ਬਾਈ ਨੇ ਖਰੀਦ ਕੇ ਲਿਆਂਦਾ ਜਿਹੜਾ ਬੂਰੇ ਰੰਗ ਦੇ ਵਿੱਚ ਹੈ। ਅਤੇ ਇੱਕ ਇਸ ਵੀਡੀਓ ਦੇ ਵਿੱਚ ਇੱਕ ਗੱਲ ਦਾ ਜ਼ਰੂਰ ਜ਼ਿਕਰ ਕਰੂੰਗਾ ਵੀ ਜਿਹੜੇ ਵੀਰ ਬੂਰੀਆਂ ਮੱਝਾਂ ਨੂੰ ਪਸੰਦ ਕਰਦੇ ਆ ਕਿਉਂਕਿ ਵੱਖਰੀ ਚੁਆਇਸ ਰਹੀ ਹੈ ਪੰਜਾਬ ਦੇ ਵਿੱਚ ਬੂਰੀਆਂ ਮੱਝਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਤਾਂ ਉਹਦੇ ਕਰਕੇ ਇਹ ਝੋਟਾ ਤੁਹਾਡੇ ਲਈ ਬੜਾ ਕੰਮ ਦਾ ਰਹਿਣਾ ਕਿਉਂਕਿ ਬੂਰੇ ਝੋਟੇ ਘੱਟ ਹੈ ਅਤੇ ਇਹਦਾ ਰਿਕਾਰਡ ਵੀਰ ਚੰਗਾ ਦੱਸਦਾ। ਤੁਸੀਂ ਇਹ ਝੋਟਾ ਦੇਖ ਸਕਦੇ ਹੋ ਜਿਹੜਾ ਹੁਣ ਵਰਕ ਕੈਟਲ ਫਾਰਮ ਰਾਈਆਂ ਵਾਲਾ ਪਿੰਡ ਜਿਹੜਾ ਹੈਗਾ ਇੱਥੇ ਇਹ ਆਇਆ ਵਿਆ। ਅਤੇ ਇਸ ਵੀਰ ਦੀ ਇੱਕ ਖਾਸ ਗੱਲ ਇਹ ਵੀ ਹੈ ਵੀ ਇਹ ਜ਼ਿਆਦਾ ਜਿਹੜਾ ਜਿਵੇਂ ਪਹਿਲਾਂ ਅਲੀ ਝੋਟਾ ਰੱਖਿਆ ਸੀ ਤਾਂ ਡਾਇਰੈਕਟ ਕਰੋਸਿੰਗ ਲਈ ਛੱਡ ਦਿੰਦਾ। ਇਹ ਕੱਟੀ ਤੁਸੀਂ ਦੇਖ ਰਹੇ ਹੋ ਇਹਦੇ ਬਾਰੇ ਵੀ ਆਪਾਂ ਡਿਟੇਲ ਬਾਈ ਤੋਂ ਪੁੱਛਾਂਗੇ। ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਦੋਸਤੋ। ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕ ਤਾਂ ਤੁਹਾਨੂੰ ਇਹ ਅਲੀ ਝੋਟਾ ਮੈਂ ਪਹਿਲਾਂ ਜਿਹੜਾ ਦਿਖਾਇਆ ਸੀ ਫੇਰ ਦਿਖਾਉਣ ਲੱਗਾ ਅਤੇ ਨਾਲ ਇਹਦੀਆਂ ਜਿਹੜੀਆਂ ਝੋਟੀਆਂ ਵੀਰ ਕੋਲ ਆ ਗਈਆਂ ਉਹ ਵੀ ਤੁਹਾਨੂੰ ਦਿਖਾ ਦੇਣਗੇ ਕਿਉਂਕਿ ਸਾਰਾ ਜਿਹੜਾ ਫਾਰਮ ਉਹ ਨਸਲ ਨੀਲੀ ਰਾਵੀ ਦੇ ਉੱਤੇ ਬਾਈ ਕੰਮ ਕਰ ਰਿਹਾ। ਸ਼ੌਂਕ ਆ ਵੀਰ ਨੂੰ। ਸੋ ਇਹ ਤੁਸੀਂ ਚਾਰੇ ਕੱਟੀਆਂ ਜਿਹੜੀਆਂ ਉਹ ਅਲੀ ਬੁੱਲ ਦੀਆਂ ਦੇਖੋਗੇ ਜਿੰਨੀਆਂ ਇੱਥੇ ਤੁਸੀਂ ਖੜੀਆਂ ਦੇਖ ਰਹੇ ਹੋ ਇਹਨਾਂ ਤੋਂ ਬਿਨਾਂ ਹੋਰ ਵੀ ਝੋਟੀਆਂ ਹੈਗੀਆਂ ਵੀਰ ਕੋਲ। ਆਓ ਆਪਾਂ ਸ਼ੁਰੂਆਤ ਕਰਦੇ ਹਾਂ ਪਹਿਲਾਂ ਅਲੀ ਬਾਰੇ ਗੱਲਬਾਤ ਕਰ ਲੈਂਦੇ ਹਾਂ ਬੂਰਾ ਝੋਟਾ ਉਦੋਂ ਬਾਅਦ 'ਚ ਤੁਹਾਨੂੰ ਦਿਖਾਉਂਦੇ ਹਾਂ। ਗੁਰਲਾਭ ਬਾਈ ਸਤਿ ਸ਼੍ਰੀ ਅਕਾਲ ਜੀ। ਗੁਰਲਾਭ ਝੋਟਾ ਇੱਕ ਸੰਭਾਲਣਾ ਔਖਾ ਹੋ ਜਾਂਦਾ ਦੋ ਕਰ ਲਏ ਆਪਾਂ ਘਰ ਦੇ ਵਿੱਚ ਹੈ ਨਾ। ਹਾਂਜੀ। ਬੂਰੇ ਦਾ ਸ਼ੌਂਕ ਫਿਰ ਬਣ ਗਿਆ ਨਾਲ ਬਾਈ ਜੀ? ਚੰਗੀ ਚੀਜ਼ ਦਾ ਸ਼ੌਂਕ ਰਹਿੰਦਾ ਜੀ। ਠੀਕ ਹੈ। ਜਿਹੜੀ ਵੇਖੀ ਹੋਵੇ ਆਪਾਂ ਆਖਿਆ ਸਾਨੀ। ਅੱਛਾ। ਕਿਉਂਕਿ ਰਿਕਾਰਡ ਬਾਈ ਹੁੰਦਾ ਵੀ ਚੰਗਾ ਸੀ ਝੋਟੀਆਂ ਵੀ ਗਾਂ ਚੰਗੀਆਂ ਤੇ ਗਾਂ ਇੱਕ ਝੋਟੀ ਦੋ ਤੇ ਵੀ ਆਈ ਉਹ ਵੀ ਚੰਗੇ ਤੇ ਚੱਲੀ। ਠੀਕ ਹੈ। ਉਹਦੇ ਕਰਕੇ ਫਿਰ ਬੂਰਾ ਖਰੀਦ ਲਿਆ। ਖਰੀਦਣ ਦਾ ਬਾਈ ਝੋਟਾ ਤਾਂ ਇੱਕ ਹੀ ਰੱਖਾਂਗੇ। ਤੇ ਇਹਦੀਆਂ ਹੁਣ ਆਪਣੇ ਕੋਲ ਝੋਟੀਆਂ 5 ਆ ਗਈਆਂ ਜੀ ਆਪਣੇ ਘਰੇ ਤੇ ਹੁਣ 4 ਮੱਝਾਂ ਫਿਰ ਤੇ ਗਾਂ ਗੱਭਣਾ ਕੱਟੀਆਂ ਫਿਰ ਲੱਗ ਜਾਣੀਆਂ ਆਪਣੇ ਕੋਲ। ਠੀਕ ਹੈ। ਹਾਂਜੀ। ਮਤਲਬ ਇਹ ਲੱਗਦਾ ਵੀ ਇਹ ਤੋਂ ਜਿੰਨੇ ਕੁ ਆਪਾਂ ਬੱਚੇ ਲੈਣੇ ਚਾਹੁੰਦੇ ਸੀ ਉਹ ਆਪਣੇ ਕੋਲ ਆ ਚੁੱਕੇ ਆ। ਹਾਂਜੀ। ਤੇ ਇਹ ਆਪਾਂ ਝੋਟਾ ਜਿਹੜਾ ਅੱਗੇ ਸੋਚ ਲਾਂਗੇ ਵੀ ਇਹਨੂੰ ਵੇਚਣ ਦਾ ਇਰਾਦਾ ਬਣੂਗਾ। ਦੇ ਦਾਂਗੇ ਚੰਗਾ ਬੰਦਾ ਸੰਭਾਲਣ ਵਾਲਾ ਹੋਵੇ ਸ਼ੌਂਕੀ। ਠੀਕ ਹੈ, ਦੇ ਦਾਂਗੇ ਬਾਈ ਜੀ। ਠੀਕ ਹੈ। ਅੱਛਾ, ਇਹਦੇ ਬਾਰੇ ਥੋੜੀ ਡਿਟੇਲ ਆਪਾਂ, ਇਹ ਵੀ ਆਪਾਂ ਗੁੱਜਰ ਵੀਰਾਂ ਤੋਂ ਹੀ ਖਰੀਦਿਆ ਸੀ ਬਾਈ ਜੀ? ਦੋਵੇਂ ਬਾਅਦ ਦੀ ਚਰਾਂ ਵਾਲੇ ਝੋਟੇ ਵੀ ਗੁੱਜਰ ਤੇ ਗੁੱਜਰਾਂ ਦੇ ਲਿਆ ਸੀ ਤੇ ਉਹ ਵੀ ਗੁੱਜਰਾਂ ਤੋਂ ਆਇਆ ਬਾਈ ਜੀ। ਠੀਕ ਹੈ। ਅੱਛਾ, ਇਹ ਡਾਇਰੈਕਟ ਕਰੋਸਿੰਗ ਲਈ ਛੱਡਦੇ ਰਹੇ ਹੋ ਜਾਂ ਸਟਰਾ ਵੀ ਬਣਾ ਲਏ ਸੀ? ਬਾਈ ਸਟਰਾ ਵੀ ਹੈਗੇ, ਡਾਇਰੈਕਟ ਵੀ। ਡਾਇਰੈਕਟ ਵੀ ਛੱਡ ਦਿੰਦੇ ਹੋ? ਹਾਂਜੀ। ਠੀਕ ਹੈ। ਅੱਛਾ, ਇਹਦੀ ਦੁੱਧ ਤੇ ਤਾਂ ਹਜੇ ਝੋਟੀ ਆਪਣੀ ਨਿਗਾਹ 'ਚ ਤਾਂ ਕੋਈ ਨਹੀਂ ਆਈ ਹੋਣੀ ਕਿਉਂਕਿ ਆਪਾਂ ਖਰੀਦੇ ਹੋਣ ਨਹੀਂ ਆਈਆਂ। ਠੀਕ ਹੈ। ਆ ਜਾਣੀਆਂ ਝੋਟੀਆਂ 2 ਮਹੀਨੇ ਤੱਕ ਦੁੱਧ, ਡੇਢ ਤੋਂ 2 ਮਹੀਨੇ ਤੱਕ। ਡੇਢ ਤੋਂ 2 ਮਹੀਨੇ ਤੱਕ ਝੋਟੀਆਂ ਦੁੱਧ ਤੇ ਆ ਜਾਣਗੀਆਂ। ਵੈਸੇ ਤਾਂ ਰਿਕਾਰਡ ਕੀ ਰਿਹਾ ਦੁੱਧ ਵਾਲੇ ਪੱਖ ਤੋਂ? ਇਹਦੀ ਮਾਂ ਦੀ ਜੇ ਗੱਲ ਕਰੀਏ, ਗੁਜਰਾਂ ਨੇ ਜੋ ਦੱਸਿਆ, ਗਹਿਰੀ ਆਇਆਂ ਦੇ ਘਰੋਂ ਹੀ ਲਿਆ ਸੀ ਆਪਾਂ ਤਾਂ ਉਹਨਾਂ ਤੋਂ ਹੀ ਪੁੱਛਿਆ ਸੀ, ਗੁਜਰਾਂ ਤੋਂ ਆਪਾਂ ਪੁੱਛਿਆ ਨਹੀਂ ਸੀਗਾ ਜੀ। ਠੀਕ ਹੈ। ਉਹਨਾਂ ਕੋਲ ਹੀ ਕੱਟਾ ਇਹ ਗਹਿਰੀ ਵਾਲਾ ਡਾਇਰੈਕਟ ਬੱਚਾ ਸੀਗਾ ਜੀ, ਗਹਿਰੀ ਵਾਲਾ ਸਾਹਿਬ ਦਾ ਜੀ। ਠੀਕ ਹੈ। ਉਹਨਾਂ ਦੱਸਣ ਮੁਤਾਬਕ 17-18 ਕਿਲੋ ਦੁੱਧ ਇਹਦੀ ਮਾਂ ਸੀ। ਠੀਕ ਹੈ। ਆਪਾਂ ਵੇਖੀ ਹੋਣੀ ਬਾਈ ਜੀ, ਨਾ ਹੀ ਆਪਾਂ ਵੇਖਿਆ, ਮੈਂ ਤੁਹਾਨੂੰ ਕਹੀ ਜਾਈਏ। ਸਹੀ ਹੈ। ਮਤਲਬ ਜੋ ਉਹਨਾਂ ਨੇ ਦੱਸਿਆ। ਹਾਂਜੀ, ਉਹਨਾਂ ਨੇ ਆਪ ਜੋ ਦੱਸਿਆ, ਤੋਰ ਕੇ ਦਿਖਾਈਏ ਇਹਨੂੰ। ਹਾਂਜੀ ਹਾਂਜੀ। ਸੋ ਦੱਸੋ ਇਹ ਅਲੀ ਬੁੱਲ ਹੈ ਤੇ ਨਾਲ ਇਹਦੇ ਬਾਰੇ ਸ਼ੁਰੂ 'ਚ ਹੀ ਦੱਸਦਿਆਂ ਵੀ ਇਹ ਬਾਈ ਸੇਲ ਕਰ ਦੂਗਾ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ, ਕਿਉਂਕਿ ਝੋਟੇ ਘਰੇ 2 ਹੋ ਗਏ ਤੇ ਇਹਦੀਆਂ 5 ਕੱਟੀਆਂ ਆ ਗਈਆਂ, 4 ਮੱਝਾਂ ਹੋਰ ਕਰੋਸ ਹੈ ਇਹਦੇ ਤੋਂ ਘਰ ਦੇ ਵਿੱਚ। ਸੋ ਉਹਦੇ ਕਰਕੇ ਤੁਸੀਂ ਇਹ ਮੰਨ ਲਓ ਵੀ 7-8 ਕੱਟੀਆਂ ਬਾਈ ਕੋਲ ਅਲੀ ਦੀਆਂ ਆ ਜਾਣਗੀਆਂ। ਧਨੌਲੇ ਮੇਲੇ ਤੇ ਗਿਆ ਸੀ ਬਾਈ ਤੋਂ ਜ਼ਰੂਰ ਪੁੱਛਾਂਗੇ ਆਪਾਂ ਵੀ ਉੱਥੇ ਰਿੰਗ ਦੇ ਵਿੱਚ ਇਹਦਾ ਕੀ ਪ੍ਰਦਰਸ਼ਨ ਸੀਗਾ। ਬੰਤਰ ਇਹਦੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸੰਭਾਲਿਆ ਵੀਰ ਨੇ, ਚੰਗੀ ਇਹਦੀ ਸਿਹਤ ਬਣੀ ਵੀ ਹੈ। ਸੋ ਇਹਦਾ ਨਾਮ ਅਲੀ ਰੱਖਿਆ। ਇਹਦੇ ਵਰਗੀ ਬਿਊਟੀ ਜਿਹੜੀ ਉਹ ਘੱਟ ਹੀ ਦੇਖਣ ਨੂੰ ਮਿਲੂਗੀ ਕਿਉਂਕਿ ਮਾਰਕਿੰਗ ਦੇਖੋ ਤੁਸੀਂ ਚਾਰੇ ਪੈਰਾਂ ਦੇ ਉੱਤੇ ਪ੍ਰੋਪਰ ਨਜ਼ਰ ਆਉਂਦੀ ਹੈ। ਛੋਟੀ ਲੱਤ ਦਾ ਮਧਰੀ ਗੋਡੀ ਦਾ ਇਹ ਝੋਟਾ ਦੱਸੋ। ਅਤੇ ਇਹਦੇ ਜਿਹੜੇ ਸਿੰਗ ਦੀ ਬਣਾਵਟ ਉਹ ਵੀ ਤੁਸੀਂ ਦੇਖੋਗੇ, ਮੱਥਾ ਬੱਲਾ ਸਿੰਗ ਜਿਹੜਾ ਜਿਵੇਂ ਨੀਲੀ ਰਾਵੀ ਦਾ ਕਹਿੰਦੇ ਆ ਵੀ ਮੱਥੇ ਤੋਂ ਨੀਵਾਂ ਹੋਣਾ ਚਾਹੀਦਾ ਤਾਂ ਉਸੇ ਤਰ੍ਹਾਂ ਦਾ ਬਿਲਕੁਲ ਕੁੰਡਾ ਸਿੰਗ ਹੈ। ਪਿੱਠਪੁੜੇ ਦੀ ਬਣਾਵਟ ਇਹਦੀ ਬਹੁਤ ਸੋਹਣੀ ਅਤੇ ਸਾਰਾ ਪਿੰਡਾ ਬੇਸ਼ੱਕ ਇਹ ਹੈਲਥੀ ਹੈ, ਰਾਜੀ ਹੈ, ਮੋਟਾ ਕੀਤਾ ਹੋਇਆ ਬਾਈ ਨੇ, ਪੂਰਾ ਸਿਹਤ ਇਹਦੀ ਬਣਾਈ ਵੀ ਹੈ, ਪਰ ਸਾਰੇ ਸਰੀਰ ਦੇ ਉੱਤੇ ਬਰੀਕ ਬਰੀਕ ਨਾੜਾਂ ਜਿਹੜੀਆਂ ਉਹ ਜ਼ਰੂਰ ਨਜ਼ਰ ਆਉਣਗੀਆਂ। ਸਾਫ਼ ਸੁਥਰੇ ਅੰਗਾਂ ਪੈਰਾਂ ਦਾ, ਇਹਦੀਆਂ ਧੀਆਂ ਵੀ ਤੁਹਾਨੂੰ ਦਿਖਾ ਦੇਣੀਆਂ। ਜੇ ਕੋਈ ਵੀਰ ਖਰੀਦਣਾ ਚਾਹੁੰਦਾ ਜ਼ਰੂਰ ਸੰਪਰਕ ਬਾਈ ਨਾਲ ਕਰ ਸਕਦੇ ਹੋ। ਤੁਸੀਂ ਇਹ ਝੋਟਾ ਵੀਰ ਹੁਣ ਸੇਲ ਕਰ ਦੂਗਾ, ਨਾਮ ਇਹਦਾ ਜਿਹੜਾ ਉਹ ਰੱਖਿਆ ਸੀ ਉਹ ਅਲੀ ਹੈ।
ਸੋ ਦੋਸਤੋ ਜੇ ਨੀਲੀ ਰਾਵੀ ਦੀ ਗੱਲ ਕਰਦੇ ਆ ਤੇ ਇਹੀ ਇਹਦੀ ਖਾਸੀਅਤ ਰਹਿੰਦੀ ਹੈ। ਇਹਦੀ ਧੜ ਜਿਹੜੀ ਹੈ ਤੁਸੀਂ ਬਾਡੀ ਦੇਖੋ ਕਿੰਨੀ ਹੈਵੀ ਹੈ, ਪਰ ਲੱਤ ਜੇ ਦੇਖੋਗੇ ਤਾਂ ਬਿਲਕੁਲ ਛੋਟੀ ਨਜ਼ਰ ਆਊਗੀ ਤੁਹਾਨੂੰ। ਠੁੱਚਾ ਬਾਈ ਧਰਤੀ ਤੋਂ ਸਿਰਫ ਸਹੀ ਹੈ ਬਈ। ਸੋ ਇਹ ਬਿਲਕੁਲ ਛੋਟੀ ਲੱਤ ਦਾ, ਪਰ ਵਜ਼ਨ ਜੇ ਦੇਖੋ ਉੱਤੋਂ ਬਾਡੀ ਦੇਖੋ ਧੜ ਦੇਖੋ ਤਾਂ ਬਹੁਤ ਚੰਗੀ, ਖੜਨੀ ਖੁੜਨੀ ਬਹੁਤ ਸੋਹਣੀ ਹੈ। ਮੇਰੇ ਖਿਆਲ 'ਚ ਯਾਰ ਕੀ ਧਨੌਲੇ ਮੇਲੇ ਧਨੌਲੇ ਗਿਆ ਸੀ ਬਾਈ ਜੀ। ਠੀਕ ਹੈ, ਕਿੰਨਵਾਂ ਨੰਬਰ? 6ਵੇਂ ਨੰਬਰ 'ਤੇ ਲੱਗਾ ਸੀ। 6ਵੇਂ ਨੰਬਰ? ਹਾਂਜੀ। ਸੋ ਦੱਸੋ ਉੱਥੋਂ ਇਹਦੀ ਇਹਦੀ ਬਰੀਡ ਦੀ ਜੇ ਗੱਲ ਕਰਦੇ ਹਾਂ ਤਾਂ ਉੱਥੋਂ ਵੀ ਜੱਜਮੈਂਟ ਹੋਈ ਵੀ ਹੈ, ਕਿਉਂਕਿ 6ਵੇਂ ਨੰਬਰ 'ਤੇ ਝੋਟਾ ਆਇਆ ਸੀ ਅਤੇ ਇਹ ਖੁੱਲ੍ਹਾ ਰਿਹਾ ਝੋਟਾ ਹੈ। ਇਹ ਨਹੀਂ ਵੀ ਜਨਮ ਤੋਂ ਇਹਨੂੰ ਮੇਲਿਆਂ ਵਾਸਤੇ ਤਿਆਰ ਕੀਤਾ ਗਿਆ ਸੀ, ਗੁੱਜਰ ਵੀਰਾਂ ਤੋਂ ਖਰੀਦਿਆ, ਖੁੱਲ੍ਹਾ ਰਹਿੰਦਾ ਸੀਗਾ, ਫਿਰ ਵੀ ਰੈਂਕ ਦੇ ਵਿੱਚ ਜਾ ਕੇ 6ਵਾਂ ਨੰਬਰ ਇਸ ਝੋਟੇ ਨੇ ਜਿਹੜਾ ਉਹ ਲੈ ਲਿਆ ਸੀ, ਕਿਉਂਕਿ ਇਹਦੀ ਬਿਊਟੀ ਬਹੁਤ ਸੋਹਣੀ ਹੈ। ਅੱਛਾ, ਹਰਿਆਣੇ ਡੀ ਐਫ ਏ 'ਤੇ ਥਰਡ ਆ ਗਿਆ ਸੀ। ਸੋ ਇਹ ਮੇਲੇ ਵੀ ਜਿੱਤਿਆ ਹੋਇਆ ਸਾਫ਼ ਸੁਥਰਾ ਝੋਟਾ ਦੱਸੋ ਜਿਹਨੂੰ ਬਰੀਡਿੰਗ ਲਈ ਜਿਹੜਾ ਵੀਰ ਰੱਖਣਾ ਚਾਹੁੰਦਾ, ਕਿਉਂਕਿ ਬਾਈ ਕੋਲ ਜੈਨੂਅਨ ਹੈ ਵੀ ਇਹਦੀਆਂ 5 ਝੋਟੀਆਂ ਘਰੇ ਹੈਗੀਆਂ। ਆਓ ਤੁਹਾਨੂੰ ਉਹ ਕੱਟੀਆਂ ਵੀ ਦਿਖਾ ਦਿੰਦੇ ਇਹਦੀਆਂ ਜਿਹੜੀਆਂ ਅਲੀ ਬੁੱਲ ਦੀਆਂ ਧੀਆਂ ਵੀਰ ਕੋਲ 5 ਹੈ ਇਸ ਟਾਈਮ ਜਿਹੜੀਆਂ ਦੇਖਣ ਦੇ ਵਿੱਚ ਆ ਰਹੀਆਂ। ਇਹ ਬਾਈ 5 ਫਿਰ ਅਲੀ ਦੀਆਂ ਹੀ ਹੈ? ਹਾਂਜੀ ਡਾਇਰੈਕਟ ਬਾਈ। ਠੀਕ ਹੈ, ਉਮਰ ਅੰਦਾਜ਼ਾ ਜਿਹੜਾ ਇਹਨਾਂ ਦੀ ਜੇ ਆਪਾਂ ਗੱਲ ਕਰੀਏ? ਇਹਦੀ ਮਾਂ ਜੀ 7 ਮਹੀਨੇ ਦੀ, 7.5 ਮਹੀਨੇ ਦੀ ਗੱਭਣ ਆਈ, 40 ਦਿਨਾਂ ਬਾਅਦ ਕ੍ਰੋਸ ਹੋ ਗਈ ਸੀ। ਠੀਕ ਹੈ, ਲਗਭਗ 9 ਮਹੀਨੇ ਦੀ ਹੋਊਗੀ। ਠੀਕ ਹੈ, 9 ਮਹੀਨੇ ਦੀ ਉਮਰ ਹੈ। ਸੋ ਦੱਸੋ ਅਲੀ ਬੁੱਲ ਦੀ ਧੀ, ਤੁਸੀਂ ਦੇਖੋ ਸਭ ਤੋਂ ਵੱਡੀ ਝੋਟੀ ਹੈ ਘਰ ਦੇ ਵਿੱਚ, ਥੱਲਿਓਂ ਵੇਖ ਸਕਦੇ ਹੋ ਇਹੀ ਚੀਜ਼ ਆਪਾਂ ਹੁਣ ਤੱਕ ਇਹਨਾਂ ਦੇਖਾਂਗੇ। ਇਹ ਤੋਂ ਬਾਅਦ 'ਚ ਜਦੋਂ ਦੁੱਧ 'ਤੇ ਆਉਣਗੀਆਂ ਤਾਂ ਦੁੱਧ ਦਾ ਰਿਜ਼ਲਟ ਆ ਜੂਗਾ। ਇਹ ਤੋਂ ਅੱਗੇ ਹੂ ਬਹੂ ਕਾਪੀ ਕਹਿ ਸਕਦੇ ਹਾਂ ਅਲੀ ਬੁੱਲ ਦੀ, ਤੁਸੀਂ ਮੱਥਾ ਦੇਖ ਸਕਦੇ ਹੋ, ਅੱਖ ਜਿਹੜੀ ਨੀਲੀ ਰਾਵੀ ਦੀ ਬਣਤਰ ਹੁੰਦੀ ਹੈ ਦੋਸਤੋ, ਉਹਦਾ ਸਰੀਰ ਵੀ ਤੁਸੀਂ ਝੋਟੀ ਦਾ ਦੇਖਿਓ ਜੀ। ਸੋ ਦੋਸਤੋ ਬਾਡੀ ਦੇਖਿਓ ਜੇ, ਬਿਲਕੁਲ ਤੁਹਾਨੂੰ ਅਲੀ ਵਰਗੀ ਨਜ਼ਰ ਆਉਣੀ ਹੈ ਕੱਟੀ। ਮੈਂ ਅਗਲੇ ਪਾਸੇ ਦੀ ਇਹਦੇ ਥਣ ਦਿਖਾਉਣਾ ਤੁਹਾਨੂੰ, ਤੁਸੀਂ ਇੱਥੋਂ ਦੇਖੋ ਦੋਨੇ ਥਣ ਦਿਸਦੇ ਆ ਨਾ, ਦੋਨਾਂ ਲੱਤਾਂ ਤੋਂ ਅੱਗੇ ਅਗਾੜੀ ਦੇਖੋ ਜੇ ਕਿੱਡੀ ਚੰਗੀ ਇਸ ਝੋਟੀ ਦੀ ਰਹਿਣੀ ਹੈ, ਅਤੇ ਹੁਣ ਪਿੱਛੋਂ ਵੀ ਤੁਸੀਂ ਥਣ ਦੇਖ ਸਕਦੇ ਹੋ। ਸੋ ਜਿਹੜੀ ਮੱਝ ਦੇ ਅਗਲੇ ਥਣਾਂ 'ਚ ਦੁੱਧ ਆ ਜੇ ਦੋਸਤੋ, ਉਹ ਹਮੇਸ਼ਾ ਦੁੱਧ ਵਾਲੀ ਨਿਕਲਦੀ ਹੈ। ਝੋਲ ਇੱਦਾਂ ਦੀ ਹੈ ਇਸ ਕੱਟੀ ਦੀ, ਢਿੱਲਾਪਣ ਇੰਨਾ ਕੁ ਹੈ ਹੁਣ ਭਾਵੇਂ ਉਹਨੂੰ ਤੁਸੀਂ ਛੋਟਾ ਜਿਹਾ ਬੱਚਾ, ਪਰ ਥਣਾਂ ਵਾਲੇ ਪੱਖ ਤੋਂ ਇੱਦਾਂ ਲੱਗੂ ਜਿਵੇਂ ਗੱਭਣ ਹੁੰਦੀ ਹੈ। ਅਲੀ 'ਤੇ ਗਈ ਹੈ ਬਿਲਕੁਲ। ਇੱਕ ਹੋਰ ਬਹੁਤ ਸੋਹਣੀ ਕੱਟੀ ਬਾਈ ਕੋਲ ਇਸੇ ਬੁੱਲ ਦੀ ਧੀ, ਅਤੇ ਮੈਨੂੰ ਖਾਸ ਗੱਲ ਇਹ ਲੱਗੀ ਵੀ ਇਹਨਾਂ ਦੇ ਥਣ ਵੀ ਜਿਹੜੇ ਉਹ ਇਸ ਟਾਈਮ ਗੁਲਾਬੀ ਨਜ਼ਰ ਆ ਰਹੇ ਆ। ਕੱਟੀਆਂ ਜਿਹੜੀਆਂ ਤੁਸੀਂ ਦੇਖੀਆਂ ਇਹਨਾਂ ਦੇ ਥਣ ਸਾਰੀਆਂ ਦੇ ਗੁਲਾਬੀ, ਇਹਦੇ ਵੀ ਥੱਲੋਂ ਤੁਸੀਂ ਥਣ ਅਤੇ ਨਾਲ ਝੋਲ ਜੀ ਦੇਖ ਸਕਦੇ ਹੋ। ਅਲੀ ਬੁੱਲ ਦੀ ਧੀ ਹੈ, ਇਹਦੂ ਅੱਗੇ ਇੱਕ ਹੋਰ ਖੜੀ ਹੈ। ਬੱਚੇ ਲਗਭਗ ਜੇ ਮੰਨੀਏ ਤਾਂ ਡੋਮੀਨੇਟ ਬੁੱਲ ਆ ਦੱਸੋ, ਆਪਦੇ 'ਤੇ ਹੀ ਲੈ ਕੇ ਜਾਂਦਾ। ਇਹਦੇ ਵੀ ਥਣ ਦੇਖ ਲਓ ਜੀ ਤੁਸੀਂ, ਬਹੁਤ ਸੋਹਣੇ ਥਣ, ਬਿੱਥੀ ਬੜੀ ਚੰਗੀ ਹੈ, ਬਾਡੀ ਬਣਤਰ ਚੰਗੀ ਹੈ। ਇਦੋਂ ਅੱਗੇ ਇੱਕ ਛੋਟਾ ਬੱਚਾ, ਅੱਛਾ 2.5 ਮਹੀਨੇ ਉਮਰ ਹੈ ਇਹਦੀ, ਇਹ ਵੀ ਦੱਸੋ ਅਲੀ ਦੀ ਧੀ ਹੈ। ਗੁਲਾਬੀ ਥਣ, ਇਹਦੇ ਵੀ ਉਹਨਾਂ ਨੂੰ ਸਪੇਸ ਦੇਖੋ ਥਣਾਂ ਦੇ ਵਿੱਚ, ਬਾਡੀ ਬਣਤਰ ਦੇਖ ਸਕਦੇ ਹੋ। ਸੋ ਇਹ ਅਲੀ ਬੁੱਲ ਦੇ ਬੱਚੇ ਤੁਹਾਨੂੰ ਦਿਖਾਏ ਆ 5, ਅਤੇ 4 ਮੱਝਾਂ ਇਦੋਂ ਅੱਗੇ ਹੋਰ ਗੱਭਣਾ, ਉਹਦੇ ਕਰਕੇ ਬਾਈ ਨੇ ਸੋਚਿਆ ਵੀ ਇਹ ਝੋਟਾ ਹੁਣ ਆਪਾਂ ਸੇਲ ਕਰ ਦਿੰਦੇ ਹਾਂ। ਬੂਰੇ ਬਾਰੇ ਗੱਲਬਾਤ ਕਰਦੇ ਹਾਂ, ਨਵੀਂ ਐਡੀਸ਼ਨ ਹੈ, ਨਵਾਂ ਬਾਈ ਨੇ ਇਸ ਫਾਰਮ ਦੇ ਵਿੱਚ ਉਸ ਝੋਟੇ ਨੂੰ ਐਡ ਕੀਤਾ, ਕੀ ਡਿਟੇਲ ਹੈ ਉਹ ਆਪਾਂ ਪੁੱਛਦੇ ਹਾਂ। ਗੁਰਲਾਭ ਬਾਈ, ਇਹ ਜਿਹੜਾ ਝੋਟਾ ਬੂਰੇ ਰੰਗ ਦੇ ਵਿੱਚ ਇਸ ਟਾਈਮ, ਹਾਂਜੀ, ਇਹ ਕਿੱਥੋਂ ਖਰੀਦ ਲਿਆ? ਇਹ ਬਾਈ ਜੀ ਅਜਨਾਲੇ ਕੋਲੋਂ, ਰਾਣੀ ਵਾਲੇ ਪਿੰਡੋਂ ਲਿਆ ਜੀ, ਰਾਣੇ ਵਾਲੇ ਪਿੰਡੋਂ। ਰਾਣੇ ਵਾਲਾ ਪਿੰਡ ਅਜਨਾਲਾ ਤਹਿਸੀਲ ਦੇ ਵਿੱਚ, ਠੀਕ ਹੈ, ਗੁੱਜਰ ਵੀਰਾਂ ਤੋਂ ਆਇਆ? ਹਾਂਜੀ, ਗੁੱਜਰਾਂ ਤੋਂ। ਅੱਛਾ, ਸਭ ਤੋਂ ਪਹਿਲਾਂ ਜਿਹੜਾ ਆਪਾਂ ਝੋਟਾ ਖਰੀਦਦੇ ਹਾਂ ਉਹਦਾ ਨਾਮਕਰਨ ਕੀਤਾ ਜਾਂਦਾ, ਨਾਮ ਰੱਖਿਆ ਜਾਂਦਾ, ਕੀ ਨਾਮ ਰੱਖਿਆ? ਇਹਦਾ ਰਾਣਾ ਜੀ, ਰਾਣਾ ਨਾਮ ਰੱਖ ਲਿਆ। ਠੀਕ ਹੈ, ਅੱਛਾ, ਵੈਸੇ ਰਿਕਾਰਡ ਵਾਲੇ ਪੱਖ ਤੋਂ ਜੋ ਗੁੱਜਰਾਂ ਨੇ ਦੱਸਿਆ ਬਾਈ, ਗੁੱਜਰਾਂ ਨੇ ਦੱਸਿਆ ਮਾਂ ਇਹਦੀ ਆਈ ਸੀ ਰਾਣੇ ਗੁੱਜਰ ਤੋਂ, ਇਹ ਮਤਲਬ ਕਿ ਪਦੈਸ਼ ਇਹਦੀ ਆ ਰਾਣੇ ਗੁੱਜਰ ਦੇ ਡੇਰੇ 'ਤੇ। ਠੀਕ ਹੈ, ਉਹਨਾਂ ਤੋਂ 15 ਦਿਨਾਂ ਦਾ ਕੱਟਾ ਉਹ ਜਿਹਨਾਂ ਤੋਂ ਮੈਂ ਲਿਆਂਦਾ ਉਹ ਗੁੱਜਰ ਲੈ ਗਏ ਸੀ। ਠੀਕ ਹੈ, ਅਤੇ ਰਾਣੇ ਗੁੱਜਰ ਦੇ ਦੱਸਣ ਦੇ ਮੁਤਾਬਕ 16-17 ਕਿਲੋ ਦੁੱਧ ਵਾਲੀ ਦੀ ਮਾਂ ਹੈਗੀ, ਬਾਕੀ ਆਪਾਂ ਚੋਕ ਨਹੀਂ ਵੇਖਿਆ, ਆਪਾਂ ਕਹਿਣ ਨੂੰ ਗੁੱਜਰਾਂ ਦੀ ਹੋਰ ਗੱਲ ਕਹਿਣੀ ਹੁੰਦੀ ਹੈ। ਸਹੀ ਹੈ, ਆਪਾਂ ਨੂੰ ਗਾਂ ਝੋਟੀਆਂ ਦੱਸਣੀਆਂ ਨੇ। ਠੀਕ ਹੈ, ਪਰ ਇਹਦੀ ਇੱਕ ਝੋਟੀ ਸੂਈ ਆ ਜੀ, ਗੁੱਜਰ ਦੇ ਦੱਸਣ ਦੇ ਮੁਤਾਬਕ, ਦਲਸ਼ੇਰ ਦੇ ਸਰਪੰਚ ਦੇ ਦੱਸਣ ਦੇ ਮੁਤਾਬਕ ਜੀ 13-14 ਕਿਲੋ ਦੇ ਵਿੱਚ ਚੱਲੀ ਹੈ ਪਹਿਲਾਂ ਝੋਟੀ, ਮਤਲਬ ਚੰਗਾ ਇੱਕ ਹੀ ਸੂਈ ਆ ਜੀ। ਫਿਰ ਇਹ ਅਜੇ ਛੋਟੀ ਉਮਰ ਦੇ ਵਿੱਚ ਹੀ ਆ ਜਾਂ ਉਮਰ ਬਈ ਜੀ, ਮਤਲਬ ਕਿ ਵੱਡੀ ਜਾਏ ਉਹਦੇ ਨਾਲੋਂ ਵੱਡਾ ਸਾਲ ਜੀ? ਅੱਛਾ, ਅਲੀ ਨਾਲੋਂ ਉਹ ਵੱਡਾ ਹੈ? ਹਾਂਜੀ, 7-8 ਸਾਲ ਦਾ ਹੋਊਗਾ ਜੀ। 8 ਸਾਲ ਦਾ ਹੋਊਗਾ ਇਹ। ਬਾਈ ਜੀ ਤੁਹਾਨੂੰ ਇੱਕ ਗੱਲ ਦੱਸਦਾ ਜੀ, ਇਹ ਜਦੋਂ ਪਟਿਆਲੇ ਮੇਲਾ ਲੱਗਾ ਸੀ ਨਾ ਜੀ, ਖੀਰਿਆਂ ਦੇ ਵਿੱਚ ਹੀ 2019 ਚ ਪਟਮੇਲਾ ਲੱਗਾ ਜੀ, ਸ਼ਾਇਦ ਉਦੋਂ ਖੀਰਿਆਂ ਦੇ ਵਿੱਚ ਕੰਪੀਟੀਸ਼ਨ ਚ ਗਿਆ ਸੀਗਾ ਜੀ। 2017 ਦੇ ਵਿੱਚ ਖਣੀ 19 ਚ ਇੱਥੇ ਜੀ, ਖੀਰਿਆਂ ਦੇ ਵਿੱਚ। ਠੀਕ ਹੈ, 17 ਚ ਲੱਗਾ ਸੀਗਾ ਤੇ ਖੀਰਿਆਂ ਦੇ ਵਿੱਚ ਉੱਥੇ ਕੰਪੀਟੀਸ਼ਨ ਚ ਗਿਆ ਸੀ। ਠੀਕ ਹੈ, ਅੱਛਾ, ਇੱਕ ਨਾਲ ਹੀ ਕੱਟੀ ਵੱਧੀ ਵੀ ਹੈ, ਉਹ ਵੀ ਇਸੇ ਝੋਟੇ ਦੀ ਹੈ? ਬਾਈ ਜੀ ਮੈਂ 2 ਝੋਟੀਆਂ ਲਿਆਂਦੀਆਂ ਸੀ, ਉਸ ਤੋਂ ਬਾਅਦ ਝੋਟਾ ਲਿਆਉਣ ਤੋਂ 10 ਦਿਨ ਬਾਅਦ 2 ਚ ਕੱਟੀਆਂ ਲਈਆਂ ਸੀ। ਇੱਕ ਆਪਣਾ ਰਿਸ਼ਤੇਦਾਰ ਪੈ ਗਿਆ ਜੀ। ਅੱਛਾ, ਉਹ ਇਦੋਂ ਵੱਡੀ ਸੀ ਕੱਟੀ, ਉਹ ਰਿਸ਼ਤੇਦਾਰ ਲੈ ਗਿਆ ਜੀ, ਭੂਆ ਦਾ ਲੜਕਾ ਜੀ। ਠੀਕ ਹੈ, ਉਹ ਲੈ ਗਿਆ। ਅੱਛਾ, ਇਹ ਝੋਟੇ ਦੇ ਫਿਰ ਸਟਰਾ ਤਿਆਰ ਕਰਾਵਾਂਗੇ ਜਾਂ ਡਾਇਰੈਕਟ ਕ੍ਰੋਸਿੰਗ ਲਈ? ਨਹੀਂ ਬਾਈ ਜੀ, ਸਟਰਾ ਵੀ ਕਰਾਵਾਂਗੇ, ਡਾਇਰੈਕਟ ਵੀ ਛੱਡਾਂਗੇ। ਆਉਣ ਵਾਲੇ ਟਾਈਮ 'ਚ ਸੰਪਰਕ ਕਰ ਸਕਦੇ ਜੀ ਨੇ ਕ੍ਰੋਸ ਕਰਾਉਣੀ ਹੋਵੇ ਮੱਝ? ਹਾਂਜੀ ਹਾਂਜੀ, ਚਲਾ ਕੇ ਦਿਖਾਈਏ ਇਹਨੂੰ? ਹਾਂਜੀ ਜ਼ਰੂਰ।
ਪਿਓ ਇਹਦਾ ਕਿਹੜਾ ਦੱਸਿਆ ਭਲਾ ਉਹਨਾਂ ਨੇ ਗੱਲਾਂ ਬਈ ਜੀ ਪਿਓ ਇਹਦਾ ਨਾ ਵੱਡੇ ਸੁਭਰਾ ਜਿਹੜਾ ਜਿੱਥੇ ਤੁਸੀਂ ਲਾਈਵ ਮਿਲਕਿੰਗ ਕਰਾਈ ਸੀ ਉਸ ਪਿੰਡੋਂ ਬੁਰਾ ਝੋਟਾ ਹੀ ਸੀਗਾ ਜੀ ਠੀਕ ਹੈ ਵੱਡੇ ਪਿੰਡੋਂ ਹੀ ਗਿਆ ਹਾਂਜੀ ਸੁਭਰਾ ਦੇ ਪਸ਼ੂ ਬਹੁਤ ਚੰਗੇ ਆ ਜੀ ਠੀਕ ਹੈ ਉਸ ਪਿੰਡੋਂ ਹੀ ਗਿਆ ਜੀ ਇਹਦਾ ਪਿਓ ਅੱਛਾ ਗੁਜਰਾਂ ਨੇ ਉਦੋਂ ਹੀ ਉਦੋਂ ਝੋਟੇ ਦੀ ਕੀਮਤ ਸੀ 2500 ਰੁਪਇਆ 60,000 ਦਾ ਪਿਓ ਲਿਆ ਸੀ ਠੀਕ ਹੈ ਅੱਜ ਤੋਂ 13 ਸਾਲ ਪਹਿਲਾਂ ਠੀਕ ਹੈ ਸੋ ਦੱਸੋ ਪੰਚਾਇਤੀ ਬੁੱਲ ਕਹਿ ਲਓ ਜਾਂ ਕਿਸੇ ਦਾ ਰੱਖਿਆ ਹੋਣਾ ਵੱਡੇ ਸੁਭਰਾ ਦੇ ਵਿੱਚ ਬੁਰਾ ਝੋਟਾ ਸੀਗਾ ਉਹਦਾ ਇਹ ਬੱਚਾ ਮਾਂ ਦਾ ਦੁੱਧ ਜਿਹੜਾ ਗੁਜਰ ਵੀਰਾਂ ਨੇ ਦੱਸਿਆ ਬਾਈ ਦੱਸਦਾ ਵੀ ਉਹ 17-18 ਕਿਲੋ 16-17-18 ਕਿਲੋ ਇੱਥੇ ਜੇ ਬਾਈ ਨੇ ਸ਼ਾਇਦ ਬੋਲਿਆ ਸੀਗਾ ਸੋ ਬਾਡੀ ਬਣਤਰ ਤੁਸੀਂ ਦੇਖੋ ਬੂਰੇ ਰੰਗ ਦੇ ਵਿੱਚ ਇਹ ਵੀ ਢਿੱਲੀ ਚਮੜੀ ਦਾ ਨੀਲੀ ਰਾਵੀ ਵਾਲੇ ਪ੍ਰੋਪਰ ਕਰੈਕਟਰ ਹੈ ਢਾਂਚਾ ਬਹੁਤ ਸੋਹਣਾ ਦੱਸੋ ਸਾਫ਼ ਸੁਥਰਾ ਬਿਲਕੁਲ ਅਤੇ ਸੁਭਾਅ ਦਾ ਇੰਨਾ ਠੰਡਾ ਸੀਲ ਆ ਬਾਈ ਨੇ ਨਾਥੇ ਦੀ ਕੱਢਤੀ ਹੈ ਅਤੇ ਤੁਸੀਂ ਦੇਖੋ ਇਕੱਲਾ ਗਲਮੇ ਦੇ ਵਿੱਚ ਸੰਗਲ ਪਾਇਆ ਦੋ ਝੋਟੇ ਘਰੇ ਆ ਦੋਨੇ ਖੁੱਲ੍ਹੀ ਚਰਾਂਦ ਵਾਲੇ ਆ ਪਰ ਫਿਰ ਵੀ ਇਹ ਸੀਲ ਸ਼ਰੀਫ ਹੈ ਜੈਲਾ ਇਹਦੇ ਕਰਕੇ ਇਹਦੇ ਗਲ 'ਚ ਇਕੱਲਾ ਸੰਗਲ ਹੈ ਸੋ ਅੱਖ ਦੱਸੋ ਬਹੁਤ ਸੋਹਣੀ ਅੱਖਾਂ ਤੋਂ ਹੀ ਇਹਦੀ ਸ਼ਰਾਫਤ ਜਿਹੜੀ ਉਹ ਝਲਕਦੀ ਹੈ ਦੱਸੋ ਵਾਈਟ ਰੰਗ ਦੇ ਵਿੱਚ ਅੱਖ ਨੀਲੀ ਅੱਖ ਇਹਦਾ ਵੀ ਸਿੰਗ ਜੇ ਦੇਖੀਏ ਤਾਂ ਮੱਥੇ ਤੋਂ ਨੀਵਾਂ ਰਹਿੰਦਾ ਬਾਡੀ ਬਣਤਰ ਦੇਖੋ ਖੁੱਲ੍ਹੀ ਚਰਾਂਦ 'ਚ ਰਿਹਾ ਪਰ ਸਿਹਤ ਫਿਰ ਵੀ ਬਹੁਤ ਸੋਹਣੀ ਹੈ ਸਾਫ਼ ਸੁਥਰਾ ਇਹ ਵੀ ਅਤੇ ਨਾਲ ਮਾਰਕਿੰਗ ਬੜੀ ਸੋਹਣੀ ਹੈ ਦੱਸੋ ਚਾਰੇ ਪੈਰਾਂ ਦੇ ਉੱਤੇ ਪ੍ਰੋਪਰ ਵਾਈਟ ਨਿਸ਼ਾਨ ਹੈ ਮਧਰੀ ਗੋਡੀ ਦਾ ਇਹ ਵੀ ਝੋਟਾ ਤੁਸੀਂ ਅਗਲੀ ਲੱਤ ਦੇਖੋਗੇ ਗਿੱਟੇ ਤੋਂ ਉੱਤੇ ਗੋਡੇ ਤੱਕ ਮਸਾਂ ਹੀ ਜਿਹੜਾ ਉਹ 10 ਇੰਚ ਦੀ ਸਪੇਸ ਹੋਊਗੀ ਏਡੀ ਛੋਟੀ ਲੱਤ ਦਾ ਇਹ ਵੀ ਝੋਟਾ ਹੋਰ ਘੁਮਾ ਕਰਲਾ ਬਾਈ ਤੈਨੂੰ ਸੋ ਰਾਣਾ ਦੋਸਤੋ ਇਹਦਾ ਨਾਮ ਰੱਖਤਾ ਬਾਈ ਨੇ ਅਤੇ ਆਉਣ ਵਾਲੇ ਟਾਈਮ 'ਚ ਜਿਹੜੀਆਂ ਅਲੀ ਦੀਆਂ ਝੋਟੀਆਂ ਜਾਂ ਦੂਜੀਆਂ ਮੱਝਾਂ ਉਹ ਰਾਣੇ ਤੋਂ ਹੀ ਕ੍ਰੋਸ ਹੋਣਗੀਆਂ ਕਿਉਂਕਿ ਬਾਈ ਨੇ ਆਪਦੇ ਲਈ ਇਹ ਬਰੀਡਿੰਗ ਵਾਸਤੇ ਝੋਟਾ ਲੈ ਕੇ ਆਉਂਦਾ ਪਸੰਦ ਆਇਆ ਵੀਰ ਨੂੰ ਅਤੇ ਬਾਕੀ ਰੰਗ ਬੂਰਾ ਸੋ ਤੁਸੀਂ ਇਹ ਬੂਰਾ ਝੋਟਾ ਦੇਖ ਰਹੇ ਹੋ ਜਿਹੜਾ ਵੀਰ ਬੂਰੀ ਮੱਝ ਖਾਸ ਕਰਕੇ ਕ੍ਰੋਸ ਕਰਾਉਣੀ ਚਾਹੁੰਦਾ ਨੀਲੀ ਰਾਵੀ ਨਸਲ ਦੇ ਝੋਟੇ ਤੋਂ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਦੱਸੋ ਇਹਦੀ ਇੱਕ ਧੀ ਦੱਸੋ ਬਾਈ ਨੇ ਝੋਟੀ ਕੱਟੀ ਜਿਹੜੀ ਖਰੀਦ ਕੇ ਲਿਆਂਦੀ ਜ਼ਰੂਰ ਤੁਹਾਨੂੰ ਦਿਖਾਉਣੀ ਚਾਹੂੰਗਾ ਸੋ ਇਹ ਬੂਰਾ ਝੋਟਾ ਤੁਸੀਂ ਹੁਣ ਵੀਡੀਓ 'ਚ ਦੇਖ ਰਹੇ ਹੋ ਜਿਹੜਾ ਹੁਣ ਹੀ ਬਾਈ ਨੇ ਖਰੀਦਿਆ ਵਰਕ ਕੈਟਲ ਫਾਰਮ ਦੇ ਵਿੱਚ ਅਰਾਈਆਂ ਵਾਲਾ ਕਲਾਂ ਦੋਸਤੋ ਬਾਈ ਦਾ ਪਿੰਡ ਹੈ ਇੱਥੇ ਤੁਸੀਂ ਮੱਝ ਜਿਹੜੀ ਉਹ ਕ੍ਰੋਸਿੰਗ ਲਈ ਲੈ ਕੇ ਆ ਸਕਦੇ ਹੋ ਅਤੇ ਸੰਪਰਕ ਵੀਰ ਨਾਲ ਪਹਿਲਾਂ ਕਰਨਾ ਪਊਗਾ ਜਿੰਨਾ ਚਿਰ ਅਲੀ ਅਵੇਲੇਬਲ ਹੈ ਮੌਜੂਦ ਹੈ ਤਾਂ ਅਲੀ ਤੋਂ ਵੀ ਤੁਸੀਂ ਮੱਝ ਕ੍ਰੋਸ ਕਰਾ ਸਕਦੇ ਹੋ ਅਤੇ ਜਦੋਂ ਸੇਲ ਹੋ ਜਾਂਦਾ ਤਾਂ ਉਦੋਂ ਬਾਅਦ 'ਚ ਇਹ ਝੋਟਾ ਜਿਹੜਾ ਵੀਰ ਕੋਲ ਰਹਿਣਾ ਆਉਣ ਵਾਲੇ ਟਾਈਮ 'ਚ ਤਾਂ ਤੁਸੀਂ ਇਹਦੇ ਤੋਂ ਵੀ ਮੱਝਾਂ ਜਿਹੜੀਆਂ ਉਹ ਕ੍ਰੋਸ ਕਰਾ ਸਕਦੇ ਹੋ ਬੂਰੀਆਂ ਮੱਝਾਂ ਖਾਸ ਕਰਕੇ ਕਾਲੀ ਮੱਝ ਤੋਂ ਬੁਰਾ ਬੱਚਾ ਲੈਣਾ ਤਾਂ ਵੀ ਬੇਸ਼ੱਕ ਵੀਰ ਤੋਂ ਕਾਲੀਆਂ ਤੇ ਬੁਰੇ ਆਏ ਗੁਜਰਾਂ ਕੋਲ ਠੀਕ ਹੈ ਆਏ ਹੈ ਬਾਈ ਜੀ 45-46 ਝੋਟੀਆਂ ਹੋਣੀਆਂ ਮੇਰੇ ਹਿਸਾਬ ਨਾਲ ਗਿਣੀਆਂ ਨਹੀਂ ਆਪਾਂ ਵਿੱਚੋਂ 5 ਕੀ ਮੇਰੇ ਹਿਸਾਬ ਨਾਲ ਕਾਲੀਆਂ ਜੀ ਉਹ ਵੀ ਨੀਲੀ 'ਚ ਠੀਕ ਹੈ ਬਾਕੀ ਬੁਰੇ ਆਏ ਕਾਲੀਆਂ ਦੇ ਠੀਕ ਹੈ ਸੋ ਆ ਵੀ ਕਾਲੀ ਮੱਝ ਦਿੱਤੀ ਹੈ ਕਾਲੀ ਮੱਝ ਦਿੱਤੀ ਹੈ ਇਹਦੀ ਉਮਰ ਕਿੰਨੀ ਕੁ ਦੱਸੀ ਹੈ ਇਹ ਬਾਈ 1.5 ਸਾਲ ਦੀ ਦੱਸੀ ਹੈ 1.5 ਸਾਲ ਦੀ ਸੋ ਦੱਸੋ ਇਹ ਬੂਰੇ ਝੋਟੇ ਦੀ ਧੀ ਹੈ ਜਿਹੜਾ ਤੁਸੀਂ ਹੁਣ ਦੇਖਿਆ ਰਾਣਾ ਇਹ ਵੀ ਥੱਲੋਂ ਬਹੁਤ ਸੋਹਣੀ ਹੈ ਸੁਭਾਅ ਇਹਦਾ ਵੀ ਸ਼ੀਲ ਸ਼ਰੀਫ ਰਹਿਣਾ ਸੋ ਇਹ ਬਾਈ ਨੇ ਗੁਜਰਾਂ ਤੋਂ ਹੀ ਲੈ ਕੇ ਆਂਦੀ ਉਹਨਾਂ ਤੇ ਸੋ ਅੱਜ ਦੀ ਵੀਡੀਓ 'ਚ ਦੋਸਤੋ ਇਹ ਦੋ ਤੁਹਾਨੂੰ ਝੋਟੇ ਦਿਖਾਏ ਆ ਜਿਨ੍ਹਾਂ 'ਚੋਂ ਅਲੀ ਫੋਰ ਸੇਲ ਹੈ ਅਤੇ ਰਾਣਾ ਤੁਹਾਨੂੰ ਪਹਿਲੀ ਵੀਡੀਓ ਬਣਾ ਕੇ ਦਿਖਾ ਰਹੇ ਹਾਂ ਫਿਰ ਕਿਸੇ ਦਿਨ ਪ੍ਰੋਪਰ ਜਿਹੜੀ ਤਿਆਰੀ ਦੇ ਨਾਲ ਬਹੁਤ ਸੋਹਣੀ ਜਦੋਂ ਤਿਆਰੀ ਝੋਟੇ ਦੀ ਕੀਤੀ ਨਵਾ ਨੂ ਕੇ ਚੰਗੀ ਤਰ੍ਹਾਂ ਤਾਂ ਉਦੋਂ ਦੁਬਾਰਾ ਵੀਡੀਓ ਦਿਖਾਵਾਂਗੇ ਰਾਣੇ ਦੀ ਅੱਜ ਬਹੁਤਾ ਇਸ ਪੱਖ ਤੋਂ ਟਾਈਮ ਨਹੀਂ ਲਾਇਆ ਕਿਉਂਕਿ ਦੋ ਝੋਟੇ ਸੀਗੇ ਕਈ ਵਾਰਾਂ ਡਰ ਲੱਗਦਾ ਵੀ ਆਪਸ ਵਿੱਚ ਇਹ ਝੋਟੇ ਜਿਹੜੇ ਉਹ ਭਿੜ ਨਾ ਪੈਣ ਤਾਂ ਇਸੇ ਤਰ੍ਹਾਂ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਸੋ ਧੰਨਵਾਦ ਵੀਡੀਓ ਦੇਖਣ ਲਈ